केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। जलंधर दे बस स्टैंड नेड़े इंडो कैनेडियन बस सर्विस दे बाहर फायरिंग होने की सूचना मिली है। दसिया जा रहा है कि इंडो कैनेडियन बस सर्विस दे बाहर पहला दो धिरां विच टकरा होया अते उस तो बाद एक व्यक्ति वल्लों दनाली नाल गोली चला दित्ती गई। ये फायर आसमान वल होण करके किसी दे जानी नुकसान होने की अजे कोई खबर नहीं है। जिक्रयोग है कि दो दिन पहला भी रामा मंडी दे हुशियारपुर रोड ते गोलियां चलियां सन, जिस दौरान अजय उर्फ डोना की मौत हो गई सी। जलंधर तो रवि गिल अते साहिल मल्होत्रा की रिपोर्ट। ਮੁੰਡੇ ਦੋਨੋਂ ਗਰੁੱਪਾਂ 'ਚ ਲੜਾਈ ਹੋਈ ਹੈ, ਕੁੱਟਮਾਰ ਕਰ ਰਹੇ, ਅਜੇ ਆਈਡੈਂਟੀਫਾਈ ਨਹੀਂ ਹੋਇਆ। ਅਤੇ ਕਹਿੰਦੇ ਕਿ ਗੋਲੀ ਵੀ ਚੱਲੀ ਉਸ ਬਾਰੇ? ਹਾਂ, ਤਾਂ ਹੀ ਤਾਂ 307 ਦਾ ਪਰਚਾ ਦੇ ਰਹੇ ਹੈਗੇ, ਗੋਲੀ ਚੱਲੀ ਹੈਗੀ। ਕਿਹੜੇ ਹਥਿਆਰ ਨਾਲ? ਹਾਂ, ਗੈਂਗ ਮਾਰ ਨਹੀਂ ਕਿਹਾ ਜਾ ਸਕਦਾ ਅਜੇ ਫਿਲਹਾਲ। ਜਦੋਂ ਸਾਡੇ ਕੋਲ ਆ ਜਾਊਗੀ ਐਵੀਡੈਂਸ ਤਾਂ ਤੁਹਾਨੂੰ ਦੁਬਾਰਾ ਬਰੀਫ ਕਰ ਦਿੱਤਾ ਜਾਏ। ਸਰ, ਹਰ ਰੋਜ਼ ਗੋਲੀ ਚੱਲਦੀ ਨੇ ਜਲੰਧਰ ਦੇ ਵਿੱਚ, ਇਸ ਬਾਬਤ ਅਸੀਂ ਜਿਹੜੀ ਹੈਗੀ ਆ ਪੈਟਰੋਲਿੰਗ ਉਹਨੂੰ ਬੜਾ ਸਟਰੋਂਗ ਕਰ ਰਹੇ ਹੈਗੇ, ਨਾਕੇ ਲਗਾ ਰਹੇ ਹਾਂ, ਵੱਖ ਵੱਖ ਲੋਕਾਂ ਨੂੰ ਚੈੱਕ ਕਰ ਰਹੇ ਹੈਗੇ ਆ, ਗੱਡੀਆਂ ਦੀ ਚੈਕਿੰਗ ਦੁਆਰਾ ਬਹੁਤ ਸਖਤੀ ਨਾਲ ਚੈਕਿੰਗ ਕਰਵਾ ਰਹੇ। ਕਿੰਨੇ ਜਿੰਨੇ ਸੀ ਕੱਲ੍ਹ? ਅਜੇ ਕਿੰਨੇ ਜਿੰਨੇ ਸੀ? ਇਹਨਾਂ ਦੀ ਗਿਣਤੀ ਅਜੇ ਪਤਾ ਨਹੀਂ ਲੱਗ ਸਕਿਆ, ਕਿਉਂਕਿ ਗੱਡੀਆਂ ਦੋ ਸੀਆਂ ਜਿਹੜੀਆਂ ਅਸੀਂ ਟਰੇਸ ਕੀਤੀਆਂ ਹੈਗੀਆਂ ਆ, ਉਹ ਪਤਾ ਕਰਦੇ ਹਾਂ ਫਿਰ ਕਿੰਨੇ ਬੰਦੇ ਕਿੰਨੇ ਨਹੀਂ। ਲੋਕਾਂ ਵੱਲੋਂ ਕੀ ਦੱਸਿਆ ਗਿਆ? ਲੜਾਈ ਝਗੜਾ ਦੱਸਿਆ ਗਿਆ ਆਪਸ ਵਿੱਚ ਕਿ ਲੜਾਈ ਝਗੜਾ ਹੋਇਆ ਹੈ। ਰਿਹਾਨ ਕਾਲਜ ਜਿਹੜਾ ਹੈਗਾ ਆ ਉਹ ਤੇ ਕੁਛ ਲੜਕੇ ਸੀਗੇ ਅਤੇ ਕੁਛ ਬਾਹਰੋਂ ਆਏ ਸੀ। ਸਰ, ਸੀਸੀਟੀਵੀ 'ਚ ਕਹਿ ਦਿਓ ਇਹ ਬੰਦੇ ਸੀਸੀਟੀਵੀ ਆ, ਪਰ ਉਹਦੀ ਫੁਟੇਜ ਜਿਹੜੀ ਖੰਗਾਲ ਰਹੇ ਹੈਗੇ ਆ, ਫਿਰ ਚੈੱਕ ਕਰਦੇ ਹਾਂ, ਅਗਰ ਉਹਦੇ 'ਚ ਹੋਏ ਤਾਂ ਉਹ ਆਈਡੈਂਟੀਫਾਈ ਜਲਦੀ ਹੋ ਜਾਵੇ। ਸਰ, ਜੇ ਮੁੱਢਲੀ ਜਾਣਕਾਰੀ ਦੀ ਗੱਲ ਕੀਤੀ, ਜਿਹੜੇ ਜਿਸ ਹਥਿਆਰ ਨਾਲ ਗੋਲੀ ਚੱਲੀ ਹੈ ਉਹ ਹਥਿਆਰ ਕਿਹੜਾ ਹੈ ਅਤੇ ਉਹ ਲਾਇਸੈਂਸੀ ਹੈ? ਬਕਾਇਦਾ ਜਿਹੜਾ ਹੈਗਾ ਨਾ ਚੈੱਕ ਕੀਤਾ ਜਾਊਗਾ, ਉਹ ਤੋਂ ਬਾਅਦ ਹੀ ਅਸੀਂ ਕੋਈ ਐਸਟੈਬਲਿਸ਼ ਕਰ ਸਕਦੇ ਹਾਂ ਵੀ ਕਿਹੜਾ ਹਥਿਆਰ ਆ ਕਿਹੜਾ ਨਹੀਂ ਹੁੰਦਾ। ਫਿਰ ਵੀ ਹਥਿਆਰ ਕਿਹੜੇ ਨਾਲ, ਪਿਸਟਲ ਨਾਲ ਜਾਂ ਦਿਓ ਨਾਲ ਹੀ ਹੈ ਜਾਂ ਕੀ ਦੱਸਿਆ ਜਾ ਰਿਹਾ? ਅਜੇ ਇਹਦੇ ਬਾਰੇ ਕੋਈ ਨਹੀਂ ਕੀਤਾ ਜਾ ਸਕਦਾ ਡਿਸਕਲੋਜ਼, ਕਿਉਂਕਿ ਫੁਟੇਜ ਦੇਖਣ ਤੋਂ ਬਾਅਦ ਹੀ ਗੱਲ ਸਾਹਮਣੇ ਆਊਗੀ, ਜਾਂ ਜਿਹੜੇ ਗਵਾਹ ਹੈਗੇ ਆ ਪ੍ਰਤੱਖ ਉਹਨਾਂ ਦੀ ਸਟੇਟਮੈਂਟ ਲਈ ਜਾਊਗੀ ਉਸ ਤੋਂ ਬਾਅਦ। ਸਰ, ਪਿਛਲੇ ਦਿਨਾਂ ਮੈਂ ਗੋਲੀ ਚੱਲੀ ਹੈ, ਬੰਦਾ ਵੀ ਇੱਕ ਬੱਚਾ ਵੀ ਮਾਰਿਆ ਗਿਆ ਹੈ, ਇਸ ਬਾਬਤ ਹੁਣ ਰੋਜ਼ ਗੋਲੀਆਂ ਚੱਲਦੀਆਂ ਨੇ ਜਲੰਧਰ ਦੇ ਵਿੱਚ, ਇਹ ਕੀ ਹੋ ਰਿਹਾ ਹੈ? ਦੇਖੋ, ਗੋਲੀ ਚੱਲ ਰਹੀ ਆ, ਜਿਹੜੇ ਕ੍ਰਿਮੀਨਲ ਹੈਗੇ ਆ ਉਹ ਆਪਣੇ ਕਾਰਵਾਈਆਂ ਕਰ ਰਹੇ ਆ, ਲੇਕਿਨ ਪੁਲਿਸ ਨਹੀਂ ਉਹ ਹੈ ਮੁਸਤੈਦ ਹੈਗੀ ਆ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਸਰ, ਮੁਸਤੈਦੀ ਹੋਵੇ ਤਾਂ ਗੋਲੀ ਚੱਲਣ? ਮੁਸਤੈਦ ਦਾ ਮਤਲਬ ਇਹ ਨਹੀਂ ਆ, ਪੁਲਿਸ ਜਿਹੜੀ ਹਰ ਥਾਂ ਮਤਲਬ ਕਿ ਹਾਜ਼ਰ ਹੈਗੀ, ਪੁਲਿਸ ਆਪਣੀ ਕਾਰਵਾਈ ਕਰ ਰਹੀ ਆ, ਉਹਨਾਂ ਨੂੰ ਫੜ ਲਾਂਗੇ ਅਸੀਂ, ਬਹੁਤ ਜਲਦੀ ਫੜ ਲਾਂਗੇ, ਬੜੀ ਜਲਦੀ ਰਿਜ਼ਲਟ ਦੇਵਾਂਗੇ ਤੁਹਾਨੂੰ। ਠੀਕ ਹੈ, ਜਿਹਨੇ ਗੈਂਗ ਵਾਰ ਹੋਜੂ ਉਹਦੇ ਨਾਲ ਵੀ ਜੁੜ ਕੇ ਦੇਖਿਆ ਜਾ? ਨਹੀਂ ਜੀ, ਫਿਲਹਾਲ ਕੁਛ ਨਹੀਂ ਇਸ ਗੱਲ ਬਾਰੇ ਕਿਹਾ ਜਾ ਸਕਦਾ ਕਿ ਗੈਂਗ। ਜਲੰਧਰ ਦੇ ਵਿੱਚ ਦੋ ਦਿਨ ਪਹਿਲਾਂ ਵੀ ਇੱਕ ਗੈਂਗ ਵਾਰ देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज चैनल के पीडी न्यूज, हक सच और इंसाफ की आवाज़ आपको रखे सबसे आगे।